हाँ बने कैसे हैं? इधर देख मेरे वाल। सत श्री अकाल, हाथ जोड़ के ऐ सत श्री अकाल भैने। इधर मेरे वाल देख के, की नाम मेरी भैन का? ऐ उच्ची बोल, मैनू घट सुनदा थोड़ा जिहा। अरे मेरे कान च मशीन लगी नहीं, अरे लगी है ना, थोड़ा घट सुनदा, उच्ची बोल। मैं तुहानू पता, मैनू की उच्ची बोल के दसी भैने की नाम? की ना? मिंटी। मिंटी ना तेरा? ठीक है, पूरा ना की है? पूरा जरा स्कूल सी क्या हो भेने? पूरा नहीं पता मैं। की है दस पक्का ना केड़ा तेरा भेने? ओ कुड़े कुड़ी है मिंटी, पक्का ना नहीं हाँ। पता नहीं तेनू? मेनू पता वा, मैं दसा की ना भी पक्का है? ना की है पक्का? पक्का ना की है भाई? एदा पक्का मनजिंदर कौर। किन्ना पढ़ी है? 12 पढ़ी है। इनू किन्ना टाइम हो गया एदा हुई नू? किन्ना टाइम हो गया एदा? पहले इनू दौरा पैंदा। किन्ना टाइम हो गया? मेरे हिसाब नाल जदों मेरे दे 2 साल व्याह नू होए ते 3 दिन होए ना। नहीं हुण किन्ना टाइम किन्ना होया जी? 2 साल हो गए। हां 2 साल हो गए। देखो फिर बात 20 दिन ਦੇ ਬਾਅਦ ਪਤਾ ਕਿਹੜੀ ਟੈਨਸ਼ਨ ਲੈ। ਮੈਂ ਤੁਹਾਨੂੰ ਦੱਸਦਾ ਗੱਲ, ਘਰ ਦੇ ਤਖੜੇ ਐ। ਹੂੰ ਉਹ ਵੀ ਅਮਰੀਕਾ ਵਾ ਤੇ ਭਰਾ ਵੀ ਇਹਦਾ ਅਮਰੀਕਾ। ਤੂੰ ਤੁਸੀਂ ਕੀ ਲੱਗਦੇ ਹੋ? ਮੈਂ ਘਰ ਆ। ਤੁਹਾਡੇ ਘਰ ਵਾਲੀ ਆ? ਅਜੇ ਤੁਹਾਡੇ ਵਿਆਹ ਤੋਂ ਕੁਝ ਟਾਈਮ ਬਾਅਦ ਹੀ ਹੋ ਗਈ ਸੀ ਇਦਾਂ। ਠੀਕ ਆ, ਹੁਣ ਮੇਰੀ ਸੁਣ ਗੱਲ, ਇਹਨਾਂ ਦੇ ਘਰ ਦੇ ਵਿੱਚ ਪਰਿਵਾਰ 'ਚ ਪਿੱਛੇ ਕੋਈ ਹੈ ਇਦਾਂ ਥੋੜਾ ਬਹੁਤਾ ਦਿਮਾਗੀ? ਮਾਂ ਤੋਂ ਤੇ ਇਹ ਠੀਕ ਹੋ ਜੂਗੀ। ਆਪਾਂ ਇਹਦੀ ਦਵਾਈ ਹੁਣ ਸ਼ੁਰੂ ਕਰਾਵਾਂਗੇ। ਕਿੱਥੋਂ ਆਏ ਤੁਸੀਂ? ਮਾੜੀ ਪਿੱਛੇ ਗੁਰਦਾਸਪੁਰ। ਗੁਰਦਾਸਪੁਰ ਜ਼ਿਲ੍ਹਾ ਪਿੰਡ ਹੈਗਾ ਮਾੜੀ ਪਿੱਛੇ, ਤਹਿਸੀਲ ਕਿਹੜੀ? ਹਰਗੋਬਿੰਦਪੁਰਾ। ਤੇ ਮੈਨੂੰ ਪਤਾ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ, ਪਰ ਜੇ ਤੁਹਾਡਾ ਕੀ ਨਾਮ ਆ? ਤੇਰਾ ਨਾਂ ਕੀ ਹੈ ਭਾਈ? ਮੇਰਾ ਨਾਮ ਬਲਜੀਤ ਸਿੰਘ। ਬਲਜੀਤ ਸਿੰਘ, ਗੱਲ ਸੁਣ ਲੈ ਇੱਕ, ਦਵਾਈ ਨਹੀਂ ਬੰਦ ਕਰੀ ਇਹਦੀ, ਇਹ ਜਮਾ ਠੀਕ ਹੋ ਜੂ ਮੇਰੀ ਭੈਣ ਆ ਸਾਡੀ। ਇਹ ਅਗਲੀ ਵਾਰੀ ਦਵਾਈ ਲੈਣਾ ਹੈਗਾ ਨਾ, ਤੂੰ ਤੇਰਾ ਪੈਸਾ ਲਾ ਲੈ। ਕੋਈ ਪੈਸਾ ਲੱਗਣਾ ਹੀ ਨਹੀਂ ਤੇਰਾ ਹੁਣ, ਹੁਣ ਤੇਰਾ ਕੋਈ ਪੈਸਾ ਨਹੀਂ ਲੱਗਣਾ, ਹੁਣ ਸਿਰਫ ਤੇਰਾ ਇੱਕ ਦਿਨ ਲੱਗਿਆ ਕਰਨਾ ਮਹੀਨੇ 'ਚ, ਤੇ 500 ਰੁਪਇਆ ਕਿਰਾਇਆ ਲੱਗ ਜੂ ਵੱਧ ਤੋਂ ਵੱਧ। 500 ਤਾਂ ਲੱਗ ਹੀ ਜਾਂਦਾ ਹੈ ਨਾ, ਕੋਈ ਗੱਲ ਨਹੀਂ, ਲਾ ਸਕਦਾ ਕਿ ਨਹੀਂ ਲਾ ਸਕਦਾ? ਲਾ ਸਕਦਾ। ਬਸ ਫਿਰ ਤੂੰ ਇਹਦੀ ਦਵਾਈ ਲਗਾਤਾਰ ਲੈਣੀ ਆ ਇੱਥੋਂ। ਤੂੰ ਦੇਖੀ ਸਾਲ ਦੇ ਵਿੱਚ ਵਿੱਚ ਸਾਰੇ ਕੰਮ ਕਰੂ, ਜਮਾਂ ਠੀਕ ਹੋ ਜਾਊ। ਨਿੱਕਾ ਜਿਹਾ ਬੱਚਾ ਹੀ ਇਹ, ਛੋਟਾ ਜਿਹਾ ਬੱਚਾ। ਬੱਚਾ ਵੀ ਇਹਦੇ ਕੋਲੇ? ਹਾਂ ਛੋਟਾ ਜਿਹਾ ਹੀ ਆ। ਸੁੱਤਾ ਪਿਆ ਵਾ? ਤੁਸੀਂ ਵੀ ਨਾਲ ਆਏ? ਨਹੀਂ ਸਕਦੇ। ਆ ਤੁਸੀਂ ਤਾਂ ਹਾਂ ਹਾਂ ਮੈਂ ਮਿਲਿਆ। ਠੀਕ, ਇੱਕ ਦਿਨ ਡਿੱਗ ਗਿਆ ਸੀ ਦੋ। ਬਾਈ ਇਹਨੂੰ ਬੱਚਾ ਨਾ ਫੜਾਓ, ਬੱਚਾ ਇਹਦੀ ਨਾਨੀ ਨੂੰ ਰੱਖ, ਮਾਂ ਨੂੰ ਰੱਖ ਲਓ ਜਾਂ ਕੋਲੇ, ਹੈਂ ਹੋਰ ਕਿਸੇ ਨੂੰ ਰੱਖ ਲਾ, ਜਾਣੀ ਕਿ ਬੱਚਾ ਨਾ ਫੜਾਓ ਇਹਨੂੰ। ਠੀਕ ਆ, ਇੱਕ ਮਿੰਟ ਵੀਰੇ ਖੜ ਜੀ, ਗੱਲ ਕਰਦੇ ਆਪਾਂ ਬੱਚੇ ਦੀ। ਇਹ ਤੋਂ ਕਈ ਵਾਰੀ ਕੇਅਰ ਨਹੀਂ ਹੁੰਦੀ, ਡਿੱਗ ਪਊਗਾ। ਹੁਣ ਜਿਹੜੀ ਇਹਦੀ ਕੱਲ੍ਹ ਨੂੰ ਦਵਾਈ ਸ਼ੁਰੂ ਹੋਣੀ ਆ, ਉਹ ਦਵਾਈ ਦੇ ਨਾਲ ਵੀ ਥੋੜ੍ਹਾ ਨਸ਼ਾ ਹੋਊਗਾ ਇਹਨੂੰ। ਦਵਾਈ ਕੱਲ੍ਹ ਨੂੰ ਜਦੋਂ ਦੇਵਾਂਗੇ ਨਾ, ਉਹਦੇ ਨਾਲ ਥੋੜ੍ਹਾ ਨਸ਼ਾ ਹੋਊਗਾ, ਇਸ ਕਰਕੇ ਨਸ਼ੇ 'ਚ ਕਿਤੇ ਡਿੱਗ ਨਾ ਪਵੇ। 15-20 ਦਿਨ ਥੋੜ੍ਹੀ ਦਵਾਈ ਇਹਨੂੰ ਡਾਕਟਰ ਨੀਂਦ ਵਾਲੀ ਦੇਣਗੇ, ਤਾਂ ਜੋ ਇਹਦਾ ਦਿਮਾਗ ਠੀਕ ਹੋ ਸਕੇ, ਅਤੇ ਉਨੇ ਕੁ ਦਿਨ ਬੱਚਾ ਇਹ ਤੋਂ ਥੋੜ੍ਹਾ ਦੂਰ ਰੱਖਣਾ। ਬੱਚਾ ਇਹਦਾ ਦੁੱਧ ਪੀਂਦਾ? ਨਹੀਂ, ਉਬਰਾ ਹੀ ਪੀਂਦਾ। ਹਾਂ ਪਹਿਲੇ ਦਿਨ ਤੋਂ ਹੀ? ਪਹਿਲਾਂ 2 ਮਹੀਨੇ ਇਹਦਾ ਪੀਤਾ ਸੀ, ਫਿਰ ਜਦੋਂ ਤੁਹਾਨੂੰ ਡਾਕਟਰਾਂ ਨੇ ਦੱਸਿਆ ਨਹੀਂ ਸੀਗਾ ਵੀ ਦੁੱਧ ਨਾ ਪਿਲਾਓ ਇਹਦਾ? ਨਹੀਂ, ਡਾਕਟਰ ਨੇ ਕਿਸੇ ਨੂੰ ਦੱਸਿਆ, ਕਹਿੰਦਾ ਥੋੜ੍ਹਾ ਬਹੁਤ। ਸਰਕਾਰੀ ਹਸਪਤਾਲ 'ਚ ਹੋਇਆ ਸੀ ਬੱਚਾ? ਇਹ ਆਪਣੇ ਸਰਕਾਰੀ 'ਚ। ਸਰਕਾਰੀ 'ਚ ਹੋਇਆ ਸੀ, ਤਾਂ ਹੀ ਨਹੀਂ ਦੱਸਿਆ ਉਹਨਾਂ ਨੇ। ਚਲੋ ਥੋੜ੍ਹਾ ਬਹੁਤਾ ਇਹਦਾ ਪਿਲਾਓ, ਫਿਰ ਮੈਂ ਕਿਹਾ ਚਲੋ ਇਹ ਡਿੱਗਣ ਲੱਗ ਪਈ, ਇਹਦਾ ਬੰਦ ਹੀ ਕਰਤਾ। ਇਹਨੂੰ ਖੁਰਾਕ ਦੇ ਚੱਜ ਨਾਲ ਖੁਰਾਕ, ਇਹਦੇ ਵਾਸਤੇ ਮੈਂ ਜਿਹੜੀ ਚੀਜ਼ ਪੂਰੀ ਕੀਤੀ ਹੈ। ਨਹੀਂ ਹੁਣ ਇਹਦੀ ਘਿਓ ਦੁੱਧ ਪਨੀਰ ਪਨੂਰ ਇਹਨੂੰ ਖਵਾਉਣਾ ਰੋਜ਼ ਪਨੀਰ ਘਰੇ ਨਾ, ਤੇ ਮੈਂ 1/2 ਕਿਲੋ ਦੁੱਧ ਦਾ ਪਨੀਰ, ਦੁੱਧ ਉਬਾਲ ਲੈਣਾ, ਜਦੋਂ ਉਬਲਣ ਲੱਗ ਗਿਆ ਵਿੱਚ ਇੱਕ ਨਿੰਬੂ ਪਾ ਦੇਣਾ, ਨਿਚੋੜ ਦੇਣਾ, ਉਹਦਾ ਪਨੀਰ ਬਣ ਜੂ। ਪਾਣੀ ਵੀ ਪਿਆ ਦਿਆ ਕਰਾਂਗੇ ਗਲਾਸ 'ਚ, ਕਾਲਾ ਲੂਣ ਪਾ ਕੇ ਅਤੇ ਪਨੀਰ ਖਵਾ ਦਿਆ ਕਰ ਥੋੜ੍ਹਾ ਜਿਹਾ ਉਹਦੇ ਨਾਲ ਇਹਨੂੰ, ਕਿਉਂਕਿ ਪ੍ਰੋਟੀਨ ਦੀ ਲੋੜ ਆ। ਅਤੇ ਹੁਣ ਜਿਹੜੀਆਂ ਦਵਾਈਆਂ ਦੇਣੀਆਂ ਨਾ ਆਪਾਂ, ਉਹ ਵੀ ਥੋੜ੍ਹੀਆਂ ਦਵਾਈਆਂ ਵੀ ਤਾਕਤ ਚਾਹੀਦੀ ਹੈ ਸਰੀਰ 'ਚ ਖਾਣ ਲਈ। ਠੀਕ ਹੈ ਬਾਈ, ਕੋਈ ਨਾ ਠੀਕ ਹੋ ਜਾਣਾ ਵਾ। ਮੈਂ ਤਾਂ ਬਥੇਰਾ ਸੇਵਾ ਕਰਨੀ। ਤੂੰ ਟੈਨਸ਼ਨ ਨਾ ਲੈ, ਤੂੰ ਧੰਨਵਾਦ ਆ ਤੇਰਾ ਬਹੁਤ। ਨਹੀਂ ਤਾਂ ਲੋਕ ਬਾਈ ਛੱਡ ਕੇ ਭੱਜ ਜਾਂਦੇ ਆ, ਛੱਡ ਕੇ ਭੱਜ ਜਾਂਦੇ ਲੋਕ। ਹਾਂਜੀ ਹਾਂਜੀ, ਇੱਦਾਂ ਤੂੰ ਇਹਨੂੰ ਸਾਂਭੀ ਫਿਰਦਾ ਨਾ, ਬੰਦਾ ਬਿਮਾਰ ਹੋ ਜੇ ਨਾ, ਜਨਾਨੀ ਵਿਚਾਰੀ ਔਖੀ ਸੌਖੀ ਉਹਨੂੰ ਸਾਂਭਦੀ ਆ ਅਖੀਰ ਤੱਕ,
ਪਰ ਜੇ ਜਨਾਨੀ ਬਿਮਾਰ ਹੋ ਗਈ ਨਾ ਬੰਦੇ ਭੱਜ ਜਾਂਦੇ ਛੱਡ ਕੇ ਬਾਈ ਹੁਣ ਤੇਰੇ ਅਸੀਂ ਤੇਰੇ ਭਰਾ ਵਾ ਇਹ ਸਾਡੀ ਭੈਣ ਆ ਅਸੀਂ ਤੇਰੇ ਨਾਲ ਖੜਾਂਗੇ ਬਾਈ ਕੋਈ ਫਿਕਰ ਨਾ ਕਰ ਆ ਘਰ ਬਣ ਗਿਆ ਤੁਹਾਡਾ ਹੁਣ ਠੀਕ ਆ ਸਮਝ ਲਾ ਤੇਰੇ ਸਹੁਰੇ ਆ ਇਹਦੇ ਪੇਕੇ ਆ ਇੱਥੇ ਜੇ ਤੰਗ ਕਰੇਗਾ ਅਸੀਂ ਪ੍ਰਾਹੁਣੇ ਵੀ ਕੁੱਟਦੇ ਹਾਂ ਠੀਕ ਆ ਮੇਰਾ ਤੇ ਇਹੋ ਜੀਵਨ ਸਾਥੀ ਹੋ ਜੂਗਾ ਵੀ ਹੋਊਗੀ ਠੀਕ ਹੈ ਜਿੱਦਾਂ ਪਹਿਲਾਂ ਰਹਿੰਦੀ ਸੀ ਨਾ ਬਸ ਉਹ ਲੈਣ ਚਾਹੀਦੀ ਵਾਹ ਤੇਰੇ ਤੇਰੀ ਮੈਂ ਕੰਮ ਕਰ ਸਕਦਾ ਧੰਨਵਾਦ ਆ ਬਾਈ ਤੇਰਾ ਕੀ ਕੰਮ ਕਰਦਾ ਤੂੰ ਪਹਿਲਾਂ ਮੈਂ ਜੀ ਦਿਹਾੜੀ ਕਰਦਾ ਪਹਿਲਾਂ ਬਾਹਰ ਸੀ ਅੱਛਾ ਕਿਹੜੇ ਦੇਸ਼ ਤੇ ਮੈਂ ਆਬੂਧਾਬੀ ਆਬੂਧਾਬੀ ਹੁਣ ਇੱਥੇ ਕੀ ਕਰਦਾ ਤੇ ਹੁਣ ਮੈਂ ਇੱਥੇ ਦਿਹਾੜੀ ਕਰਦਾ ਹੁਣ ਜ਼ਿਆਦਾ ਮੁਸ਼ਕਲ ਹੋ ਗਈ ਨਾ ਮੈਂ ਦਿਹਾੜੀ ਕਰ ਸਕਦਾ ਇਹਨੂੰ ਮੈਂ ਸਮਾਂ ਅਸੀਂ ਤੇਰੀ ਕੋਈ ਨਾ ਮਦਦ ਕਰਾਂਗੇ ਤੈਨੂੰ ਰਾਸ਼ਨ ਦੇ ਦਿਆ ਕਰਾਂਗੇ ਠੀਕ ਆ ਜਿੰਨਾ ਚਿਰ ਥੋੜੀ ਜਿਹੀ ਕਾਇਮ ਨਾ ਹੁੰਦੀ ਤੂੰ ਦਿਹਾੜੀ ਥੋੜੀ ਜਾਣ ਨਹੀਂ ਲੱਗਦਾ ਕੋਈ ਨਾ ਰਾਸ਼ਨ ਦੇ ਦਿਆ ਕਰਾਂਗੇ ਠੀਕ ਆ ਮੈਂ ਤਾਂ ਤੇਰਾ ਪਿੰਡ ਦੇ ਵੀ ਹੈਲਪ ਨਹੀਂ ਕਿਸੇ ਨੇ ਫਿਕਰ ਨਾ ਕਰ ਤੂੰ ਯਾਰ ਜਿਹਦੇ ਨਾਲ ਕੋਈ ਨਹੀਂ ਉਹਦੇ ਨਾਲ ਰੱਬ ਆ ਠੀਕ ਆ ਇਹ ਤੂੰ ਰੱਬ ਦੀ ਸੇਵਾ ਹੀ ਕਰਦਾ ਤੇਰੀ ਘਰ ਵਾਲੀ ਨਹੀਂ ਰੱਬ ਹੀ ਆ ਠੀਕ ਆ ਹਾਂ ਸਭ ਕਰੂ ਹੌਲੀ ਹੌਲੀ ਸਭ ਕਰੂਗੀ ਹੁਣ ਤਾਂ ਵਿਚਾਰੀ ਆਪ ਦੀ ਵੀ ਨਹੀਂ ਸੁੱਧ ਪੁੱਧ ਹੈ ਨਾ ਇਸ ਟਾਈਮ ਨੂੰ ਕੱਲ੍ਹ ਕੀਤਾ ਪਾਠ ਦਿਨੋਂ ਦਿਨ ਤੁਸੀਂ ਦੇਖਿਓ ਫਰਕ ਪਊਗਾ ਹੁਣ ਕੱਲ੍ਹ ਨੂੰ ਆਪਾਂ ਦਵਾਈ ਦੇਵਾਂਗੇ ਨਾ ਤੂੰ ਦੇਖੀ ਫਿਰ ਫਰਕ ਪਊਗਾ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੂੰ ਪਾ ਉੱਥੇ ਬੱਚੇ ਕੋਲ ਲੈ ਕੇ ਜਾ ਬੱਚਾ ਇਕੱਲਾ ਪਿਆ ਵਾ ਠੰਡ 'ਚ ਆਹ ਕੀ ਲਿਆਈ ਹੈ ਮੇਰੀ ਭੈਣ ਪਿਛਲੀ ਮੇਰੀ ਵੀ ਤੂੰ ਨਾ ਸਾਨੂੰ ਗਿਫਟ ਦਿੱਤਾ ਸ਼ੀਸ਼ਾ ਵਾਹ ਮੇਰੀ ਛੋਟੀ ਭੈਣ ਇਹ ਸਾਡੀ ਧੰਨਵਾਦ ਭੈਣ ਭੈਣੇ ਤੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਤੇਰਾ ਮੁੰਡਾ ਕਿੱਥੇ ਆ ਸਵੇਰੇ ਮੈਨੂੰ ਯਾਦ ਕਰਾਈ ਮੈਂ ਜਿਹੜਾ ਮੁੰਡਾ ਫਿਜ਼ੀਓਥੈਰੇਪੀ ਵਾਲੇ ਹੁੰਦੇ ਉਹਨਾਂ ਨੂੰ ਮਿਲਾਵਾਂਗੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੋਈ ਨਾ ਵੀਰੇ ਨਾ ਪੈਰੀਆਂ ਹੱਥ ਨਾਲ ਆਇਆ ਅੱਛਾ 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 ਤੂੰ ਕਿਹਨੂੰ ਲੈ ਕੇ ਆਇਆ ਸ਼ੀਸ਼ਾ ਬਣਾ ਕੇ ਲੈ ਕੇ ਆਈ ਹੈ ਭੈਣ ਆ ਕਰਿਓ ਵੀਰੇ ਤੁਸੀਂ ਕਰਦੇ ਹੋ ਅੱਛਾ ਲਿਆ ਮੇਰੀ ਭੈਣ ਚਲੇ ਮੇਰੀ ਭੈਣ ਦੀ ਫੋਟੋ ਯਾਰ ਦੇਖੋ ਕਿੰਨਾ ਮਾਣ ਕਰਦੀਆਂ ਸਾਡੀਆਂ ਭੈਣਾਂ ਕਿੰਨਾ ਪਿਆਰ ਕਰਦੀਆਂ ਇਹ ਭੈਣ ਦਾ ਬੇਟਾ ਨਾ ਬਹੁਤ ਹੀ ਤਕਲੀਫ਼ ਚ ਹੈ ਭੈਣ ਇਕੱਲੀਓ ਹੀ ਆਪਣੇ ਬੇਟੇ ਨੂੰ ਪਾਲਦੀ ਹੈ ਇਹਦਾ ਪਤੀ ਵੀ ਛੱਡ ਕੇ ਚਲਾ ਗਿਆ ਅਤੇ ਇਹੀ ਇਕੱਲੀ ਜ਼ਿੰਮੇਵਾਰੀ ਵਿਚਾਰੀ ਸਾਂਭੀ ਜਾਂਦੀ ਆ ਆਪਦੀ ਹੈ ਨਾ ਬੇਟਾ ਇੰਨਾ ਜ਼ਿਆਦਾ ਆਹ ਵੀ ਫੜ ਭੈਣੇ ਡੱਬਾ ਥੱਲੇ ਰੱਖ ਦੇ ਥੋੜ੍ਹਾ ਜਿਹਾ ਮੈਨੂੰ ਹੱਥ ਨਾਲ ਸ਼ੀਸ਼ਾ ਭੈਣ ਕਹਿੰਦੀ ਮੈਂ ਤਿਆਰ ਕਰਕੇ ਲੈ ਕੇ ਆਈ ਹਾਂ ਪਤਾ ਨਹੀਂ ਕਿੰਨੀ ਕੁ ਮਿਹਨਤ ਕਰੀ ਹੋਵੇ ਨੇ ਵਿਚਾਰੀ ਨੇ ਵਾਹਿਗੁਰੂ ਵਾਹ ਜੀ ਵਾਹ ਭੈਣ ਮੇਰੀ ਆ ਤਾਂ ਤੂੰ ਸਿਰਾ ਹੀ ਕਰਤਾ ਮੇਰੀ ਭੈਣ ਦੇਖੋ ਇਹ ਭੈਣਾਂ ਦਾ ਪਿਆਰ ਆ ਜੀ ਸਾਡੀਆਂ ਦਾ ਆ ਦੇਣਾ ਕਿੱਥੇ ਦੇਵਾਂਗੇ ਭੈਣ ਮੇਰੀ ਤੇਰਾ ਸੌਂ ਲੱਗੇ ਨਹੀਂ ਤੂੰ ਇੰਨੀ ਮਿਹਨਤ ਤੂੰ ਦੇ ਇਕੱਲੀ ਇਕੱਲੀ ਚੀਜ਼ ਕਿੱਦਾਂ ਬੁਣੀ ਆ ਕਿੰਨੀ ਇਹ ਤੈਨੂੰ ਪਹਿਲਾਂ ਵੀ ਕਰ ਲੈਂਦੀ ਤੂੰ ਅੱਗੇ ਵੀ ਤੇਰੇ ਮੰਮੀ ਡੈਡੀ ਬੇਟਾ ਵੀ ਇਹਨਾਂ ਦਾ ਅਪਾਹਜ ਆ 100% ਹੀ ਅਪਾਹਜ ਆ ਜੀ ਦੇਖੋ ਕਿੱਡਾ ਜਿਗਰਾ ਇਸ ਭੈਣ ਦਾ ਜਦੋਂ ਪਹਿਲੀ ਵਾਰ ਸਾਡੇ ਕੋਲ ਆਈ ਸੀ ਨਾ ਇਹ ਰਾਤ ਰਹਿ ਵੀ ਭੈਣ ਇੱਥੇ ਸਾਡੇ ਕੋਲ ਕੋਈ ਇਸ ਦੀ ਸਮੱਸਿਆ ਆਈ ਕਹਿੰਦੀ ਵੀਰੇ ਮੈਨੂੰ ਹੁਣ ਜਾਣਾ ਪੈਣਾ ਵਾਪਸ ਅਸੀਂ ਇੱਥੋਂ ਚਲੋ ਕਿਉਂਕਿ ਸਾਨੂੰ ਪਤਾ ਸਾਡੀ ਭੈਣ ਨੇ ਕਿਵੇਂ ਤਕਲੀਫ਼ 'ਚ ਇੱਥੇ ਆਪਦੇ ਬੱਚੇ ਨੂੰ ਲੈ ਕੇ ਆਈ ਠੰਡ ਦੇ ਵਿੱਚ ਅਸੀਂ ਰਾਤ ਨੂੰ ਫਿਰ ਗੱਡੀ ਕਰਾ ਕੇ ਭੈਣ ਨੂੰ ਭੇਜਿਆ ਬੇਨਤੀ ਕਰੀ ਸੀ ਭੈਣ ਨੂੰ ਵੀ ਭੈਣੇ ਦਵਾਈ ਨਾ ਇਹਦੀ ਬੰਦ ਕਰੀ ਅਤੇ ਉਹਨੂੰ ਅਪਾਹਜ ਆਪਦੇ ਬੇਟੇ ਨੂੰ ਅੱਜ ਵੀ ਐਂ ਗੋਦੀ ਚੱਕੀ ਫਿਰਦੀ ਕਿੰਨੇ ਸਾਲਾਂ ਦਾ ਹੋ ਗਿਆ ਉਹ 14 ਸਾਲ ਫਿਕਰ ਨਾ ਕਰੀ ਪਰ ਬਸ ਪ੍ਰਮਾਤਮਾ ਦੀ ਉਸ ਰਹਿਮਤ ਤੇ ਨਾ ਥੋੜਾ ਜਿਹਾ ਤੁਰਨ ਲੱਗ ਜੇ ਨਾ ਵੀ ਮੈਂ ਇੱਕ ਦੋ ਕੁਵਾਰ ਤਿਆਰ ਦੇ ਰੱਖੀ ਹੈ ਤੇ ਵੀ ਮੈਂ ਕੋਈ 30 ਭੈਣ ਗੋਦ ਪਾ ਲਾਂ ਵੀ ਚੱਲ ਭੈਣ ਭਰਾ ਬਣ ਜਾਣਗੇ ਤੇ ਉਹ
ਇੱਕ ਦੋ ਦੱਸਣੀਆਂ ਪਈਆਂ ਨੇ ਫਿਰ ਉਹ ਬੇਟੇ ਦਾ ਕਰਕੇ ਅਗਲਾ ਚੁੱਪ ਕਰ ਜਾਂਦਾ ਅਗਲਾ ਕਹਿੰਦਾ ਵੀ ਬੇਟਾ ਥੋੜਾ ਜਿਹਾ ਵੀ ਤੁਰਦਾ ਘੱਟ ਹੈ ਵੀ ਤੂੰ ਇਹਦੇ ਨਾਲ ਵੀ ਬੱਚੀ ਕਿਵੇਂ ਪਾਲੇਗੀ ਤੇ ਹੁਣ ਬਸ ਮੈਨੂੰ ਐਂ ਹੋ ਗਿਆ ਵੀ ਮੈਨੂੰ ਕਲੇਸ ਨਾ ਘਰ ਜਾ ਮਿਲ ਗਿਆ ਵੀ ਕਿੱਲਾ ਕੇ ਜ਼ਮੀਨ ਦਾ ਮਿਲ ਗਿਆ ਵੀ ਚੱਲ ਭੈਣ ਭਰਾ ਬਣ ਜਾਣਗੇ ਕੋਈ ਸਹਾਰਾ ਬਣ ਕੋਈ ਨਾ ਬਣੂਗਾ ਬਣੂਗਾ ਇੱਕ ਦਿਨ ਤੇਰੇ ਮਨ ਦੀ ਮਹਾਰਾਜ ਕਰਨਗੇ ਕਿਰਪਾ ਅਸੀਂ ਵੀ ਅਰਦਾਸ ਕਰਦੇ ਹਾਂ ਮੇਰੀ ਇੱਕ ਧਿਆਨ ਨਾਲ ਸੁਣ ਲਾ ਗੱਲ ਬਸ ਇਹਦੀ ਦਵਾਈ ਡਾਕਟਰ ਨੂੰ ਨਾ ਹੁਣ ਜਦੋਂ ਕੱਲ੍ਹ ਨੂੰ ਡਾਕਟਰ ਨੂੰ ਮਿਲੇਗੇ ਮੈਂ ਇੱਥੇ ਹੋਊਂਗਾ ਮੈਨੂੰ ਆਵਾਜ਼ ਮਾਰ ਲਿਓ ਮਾੜਾ ਜਿਹਾ ਮੈਂ ਡਾਕਟਰ ਨਾਲ ਆਪ ਗੱਲ ਕਰੂੰਗਾ ਹਾਂ ਮਾਤਾ ਉੱਥੇ ਡਾਕਟਰ ਨਾਲ ਮੈਂ ਗੱਲ ਕਰੂੰਗਾ ਡਾਕਟਰ ਮਮਤਾ ਸਿੰਗਲਾ ਜੀ ਨੇ ਨਾ ਜਿਹੜੀ ਭੈਣ ਉਹ ਵੀ ਬਹੁਤ ਚੰਗੇ ਡਾਕਟਰ ਨੇ ਜਦੋਂ ਤੁਸੀਂ ਉੱਥੇ ਪਹੁੰਚ ਗਏ ਅਮਨ ਮੁੰਡਾ ਹੋਊਗਾ ਉੱਥੇ ਮੈਂ ਇੱਥੋਂ ਤੁਹਾਡੀ ਗੱਲ ਕਰਾ ਕੇ ਭੇਜੂੰਗਾ ਜਦੋਂ ਤੁਸੀਂ ਇੱਥੋਂ ਜਾਣਾ ਤੁਸੀਂ ਮੇਰੇ ਨਾਲ ਗੱਲ ਕਰਕੇ ਜਾਇਓ ਠੀਕ ਹੈ ਮੈਂ ਪਰਚੀ 'ਤੇ ਲਿਖ ਦੂੰ ਉਸ ਪੈਸੇ ਦੀ ਭੈਣ ਨਾਲ ਡਾਕਟਰ ਨਾਲ ਵੀ ਤੁਸੀਂ ਗੱਲ ਕਰਿਓ ਉਹਨੂੰ ਪੂਰੀ ਸਮੱਸਿਆ ਸਮਝਾਇਓ ਆਪਦੀ ਫਿਰ ਦਵਾਈ ਦੌਰਾ ਪੈਣੋਂ ਹਟ ਜਾਊਗਾ ਠੀਕ ਆ ਪਰ ਤੂੰ ਸਾਡੇ ਲਈ ਆਹ ਕੀਤਾ ਭੈਣੇ ਤੇਰਾ ਬਹੁਤ ਧੰਨਵਾਦ ਨਹੀਂ ਮੇਰੀ ਭੈਣ ਤੁਸੀਂ ਦੇਖੋ ਜੀ ਆਹ ਸ਼ੀਸ਼ੇ ਦੇ ਵਿੱਚ ਥੱਲੇ ਇਹਦੇ 'ਚ ਤਾਂ ਕੋਈ ਚੀਜ਼ ਪਾਉਣੀ ਹੋਵੇ ਜਿਵੇਂ ਕੰਘਾ ਕੁੰਘਾ ਹੈ ਨਾ ਕੋਈ ਵੀ ਚੀਜ਼ ਇੱਥੇ ਪੈ ਸਕਦੀ ਆ ਦਾੜੀ ਵਾਲਾ ਬਰੱਸ਼ ਪੈ ਜਾ ਕਰੂਗਾ ਸ਼ੀਸ਼ਾ ਇਹ ਕਟਿੰਗ ਵਾਲੇ ਸ਼ੀਸ਼ੇ ਐਂ ਮਿਲ ਜਾਂਦੇ ਹੈ ਵਾਹ ਜੀ ਵਾਹ ਭੈਣ ਮੇਰੀ ਤੇਰੇ ਕੋਲ ਤਾਂ ਬੜੀ ਵੱਡੀ ਕਲਾ ਤੈਨੂੰ ਇੱਕ ਅਸੀਂ ਐਂ ਕਰੀਏ ਜੇ ਤੈਨੂੰ ਇੱਕ ਕੰਮ ਕਰੀਏ ਭੈਣੇ ਸਾਡੇ ਕੋਲ ਜਿਵੇਂ ਇੱਥੇ ਮਾਈਆਂ ਹੈਗੀਆਂ ਜਿਹੜੀਆਂ ਭੈਣਾਂ ਹਨਾ ਠੀਕ ਨੇ ਅਸੀਂ ਚਾਹੁੰਦੇ ਹਾਂ ਇਹਨੂੰ ਹੈਂਡ ਕ੍ਰਾਫਟ ਕਹਿੰਦੇ ਵੀ ਹੱਥਾਂ ਦੇ ਨਾਲ ਬਣਾਈਆਂ ਹੋਈਆਂ ਇਹ ਚੀਜ਼ਾਂ ਨਾ ਜੰਗਲ ਬਣਿਆ ਪਿਆ ਸੀ ਘਰ ਜਿਹਦੇ ਕੋਲ ਨਾਲ ਕੁੱਤਾ ਸੀਗਾ ਛੋਟਾ ਜਿਹਾ ਹਨਾ ਓਦਾਂ ਹੀ ਇੱਕ ਨਵਨੀਤ ਭੈਣ ਜਿਹੜੀ ਚੰਡੀਗੜ੍ਹ ਮੋਹਾਲੀ ਤੋਂ ਲਿਆਏ ਸੀ ਉਹ ਕਿੱਦਾਂ ਡਸਟਬੀਨ ਚੋਂ ਕੱਢ ਕੱਢ ਕੇ ਲੋਕਾਂ ਦੇ ਸਮਾਨ ਖਾਂਦੀ ਸੀ ਜਿਹੜੀ ਪੜ੍ਹੀ ਲਿਖੀ ਕੁੜੀ ਚੰਡੀਗੜ੍ਹ ਕੋਠੀ 'ਚ ਰਹਿੰਦੀ ਇਕੱਲੀ ਤੁਸੀਂ ਜਲੰਧਰ ਗਏ ਸੀ ਉਦੋਂ ਮੈਂ ਉਹ ਤੁਹਾਡੀ ਵੀਡੀਓ ਦੇਖ ਕੇ ਘਰੇ ਬੈਠੀ ਕੋਈ ਬਿਮਾਰ ਮਾਤਾ ਕਲਵੰਤ ਕੌਰ ਉਹ ਜਿਹੜੀ ਜਲੰਧਰ ਦੇ ਜਲੰਧਰ ਜਿਹਦੇ ਹੱਥ ਪੈਰ ਗਲੇ ਪਏ ਪਿੱਛੇ ਬੈਗ ਸਾਰੀ ਗਲੀ ਪਏ ਕੀੜੇ ਪੈ ਗਏ ਸੀ ਮਾਤਾ ਦੇ ਹਨਾ ਤੇ ਉਹ ਵੀ ਇਦਾਂ ਦੇ ਜੇ ਤੁਸੀਂ ਸਿਖਾ ਦਵੋ ਨਾ ਅਸੀਂ ਇੱਥੇ ਥੋੜਾ ਜਿਹਾ ਸੌਖੇ ਵੀ ਛੋਟੇ ਛੋਟੀਆਂ ਹਾਂ ਹੈਗੀਆਂ ਨੇ ਉਹ ਵੀ ਬਣ ਸਕਦੀਆਂ ਤੇ ਕੋਲੇ ਕਲਾ ਵਾ ਤੂੰ ਕਿੱਥੇ ਸਿੱਖੀ ਸੀ ਭੈਣੇ ਇਹਦੇ ਵੀਰ ਜੀ ਬਸ ਪਹਿਲਾਂ ਤਾਂ ਵੀ 10 ਜਮਾਤਾਂ ਪੜੀਆਂ ਸੀ ਉਹ ਤਾਂ ਖੂਹ 'ਚ ਗਈਆਂ ਚੱਲ ਵਾਹਿਗੁਰੂ ਦੀ ਕਿਰਪਾ ਨਾਲ ਜਿਹੀ ਹੋਈ ਹੁੰਦੀ ਹੈ ਫਿਰ ਬਸ ਬੈਠੀ ਹੁਣ ਇਕੱਲੀ ਦਿਮਾਗ ਲੜਾ ਲੈਂਦੀ ਆਪ ਹੀ ਹਾਂ ਗੋਡ ਗਿਫਟਡ ਹੀ ਹੈ ਮੇਰੀ ਭੈਣ ਨੂੰ ਚੀਜ਼ਾਂ ਦੇਖੋ ਭੈਣੇ ਕਿਹੜੇ ਪਿੰਡ ਆ ਤੇਰਾ ਚੀਮਾ ਜੋਧਪੁਰ ਜ਼ਿਲ੍ਹਾ ਪਿੰਡ ਆ ਤੁਹਾਨੂੰ ਬਰਨਾਲਾ ਤੇ ਅੱਜ ਇਹ ਭੈਣ ਘਰ ਵਾਲੇ ਤੇ ਜਾਣ ਤੋਂ 10 ਸਾਲ ਬਾਅਦ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਸਮਾਜ ਦੇ ਵਿੱਚ ਇਕੱਲੀ ਕੁੜੀ ਦਾ ਰਹਿਣਾ ਵਿਡੋ ਲੇਡੀ ਦਾ ਆਪਦੇ ਆਪ ਦੇ ਵਿੱਚ ਹੀ ਇੱਕ ਵੱਡਾ ਚੈਲੰਜ ਆ ਆਪਦੇ ਆਪ 'ਚ ਇੱਕ ਵੱਡਾ ਕਾਰਜ ਆ ਅਤੇ ਆਪਣੇ ਆਪ ਦੀ ਇੱਜ਼ਤ ਨੂੰ ਬਚਾ ਕੇ ਰੱਖਣਾ ਦੂਸਰਾ ਆਪਣੇ ਬੱਚੇ ਨੂੰ ਜਿਹੜਾ ਅਪਾਹਜ ਆ ਉਹਨੂੰ ਸੰਭਾਲਣਾ ਉਹਨੂੰ ਮਿੱਟੀ ਨਹੀਂ ਲੱਗਣ ਦਿੰਦੀ ਇਸ ਤਰੀਕਾ ਫੁੱਲਾਂ ਵਾਂਗੂ ਰੱਖਿਆ ਹੋਇਆ ਪੁੱਤ ਅਤੇ ਫਿਰ ਦੂਸਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਹਿੰਦੀ ਮੈਂ ਇਕੱਲੀ ਇਕੱਲੀ ਬੈਠੀ ਬਣਾਈ ਜਾਣੀ ਰਹਿੰਦੀ ਹਾਂ ਦੇਖੋ ਫੜੀ ਦੋਨੇ ਹੱਥਾਂ ਨਾਲ ਫੜੀ ਧੀਰੂ ਹਾਂ ਦੋਨੇ ਹੱਥਾਂ ਨਾਲ ਮੇਰਾ ਪੁੱਤ ਕਿੱਥੋਂ ਆਏ ਹਰਿਆਣੇ ਤੋਂ ਠੀਕ ਹੈ ਪੁੱਤ ਤੈਨੂੰ ਜਦੋਂ ਦੌਰਾ ਪੈਂਦਾ ਜਦੋਂ ਦੌਰਾ ਪੈ ਕੇ ਹਟਦਾ ਤੈਨੂੰ ਯਾਦ ਹੁੰਦੀ ਹੈ ਗੱਲ ਵੀ ਤੈਨੂੰ ਦੌਰਾ ਪਿਆ ਸੀ ਯਾਦ ਭੁੱਲ ਜਾਂਦੀ ਆ ਪਤਾ ਨਹੀਂ ਲੱਗਦਾ ਹੈ ਨਾ ਜਦੋਂ ਤੈਨੂੰ ਮਤਲਬ ਚੀਕ ਮਾਰਦੀ ਜਦੋਂ ਦੌਰਾ ਪੈਂਦਾ ਚੀਕ ਮਾਰ ਕੇ ਪੈਂਦਾ ਐਂ ਚੁੱਪ ਕਰ ਮੈਂ ਬੈਠੇ ਬੈਠੇ ਪਿੱਛੇ ਨੂੰ ਮੁੜਦੀ ਹੱਥ ਇਕੱਠੇ ਹੋ ਜਾਂਦੇ ਏਦਾਂ ਕੋਈ ਨਾ ਹਟ ਜਾਣਾ ਤੇਰਾ ਦੌਰਾ ਠੀਕ ਆ ਤੇਰਾ ਨਾਂ ਕੀ ਆ ਅਮਨਦੀਪ ਕਿੰਨਾ ਪੜ੍ਹੀ ਤੂੰ ਅੱਠ ਪੜ੍ਹੀ ਆ ਕਦੋਂ ਹਟੀ ਅੱਠ ਇਹਦੀ ਮਾਂ ਨੂੰ ਜਾਂ ਤੁਹਾਨੂੰ ਕਦੇ ਪੈਂਦਾ ਕੋਈ ਗੱਲ ਕੋਈ ਹੋਰ ਗੱਲ ਹੋਵੇ ਮਾੜੀ ਮੋਟੀ ਦਿਮਾਗੀ ਇਹਦੇ ਨਾਨੇ ਨਾਨੀ ਨੂੰ ਮਾਮੇ ਮਾਮੀ ਨੂੰ ਕੋਈ ਨੀ ਹੋਇਆ ਠੀਕ ਬਿਲਕੁਲ ਠੀਕ ਹੋ ਜਾਣੀਆਂ ਨੇ ਪਰ ਮੇਰੀ ਬੇਨਤੀ ਮੈਂ ਜਿਹੜੀ ਉਹਨਾਂ ਨੂੰ ਵੀ ਕਰਕੇ ਕਹਿੰਦੇ ਤੈਨੂੰ ਬਾਈ ਉਹੀ ਆ ਦਵਾਈ ਬੰਦ ਨਹੀਂ ਕਰਨੀ ਸਾਲ ਦਵਾਈ ਤੂੰ ਖਾਏਗਾ ਨਾ ਯਾਨੀ ਕਿ ਸਬਰ ਦੇ ਨਾਲ ਜੇ ਕੋਈ ਇੱਕ ਅੱਧੀ ਵਾਰੀ ਦੌਰਾ ਪੈ ਵੀ ਜਾਊਗਾ ਨਾ ਹਟ ਜਾਊਗਾ
ਕਿਉਂਕਿ ਇੰਨੇ ਟਾਈਮ ਤੋਂ ਜਿਹੜੀ ਚੀਜ਼ ਹੋ ਰਹੀ ਆ ਉਹਨੂੰ ਆਪਾਂ ਐਂ ਚੁਟਕੀ ਨਾਲ ਨਹੀਂ ਠੀਕ ਕਰ ਸਕਦੇ ਹੈ ਨਾ। ਕਈ ਲੋਕ ਆਪਣੇ ਕੋਲ ਆਉਂਦੇ ਆ ਉਹ ਇੱਕ ਵਾਰੀ ਦਵਾਈ ਖਾਂਦੇ 15 ਦਿਨਾਂ ਬਾਅਦ ਫਿਰ ਕਹਿੰਦੇ ਜੀ ਇਹ ਤਾਂ ਠੀਕ ਨਹੀਂ ਹੋਏ। ਯਾਨੀ ਕਿ ਮੇਰੀ ਬੇਨਤੀ ਆ ਤੁਹਾਨੂੰ ਕੋਈ ਖਰਚਾ ਕੋਈ ਨਹੀਂ ਆਉਣਾ ਇੱਥੇ, ਬਸ ਤੁਸੀਂ ਇੱਕ ਦਿਨ ਮਹੀਨੇ 'ਚੋਂ ਆਪਣਾ ਕੱਢਣਾ। ਪਹਿਲੀ ਦਵਾਈ ਅਸੀਂ ਹੁਣ ਤੁਹਾਨੂੰ ਸ਼ਾਇਦ 15 ਦਿਨ ਦਿੱਤੀ ਹੈ, ਜਾਂ ਦੌਰੇ ਵਾਲਿਆਂ ਤੋਂ ਮਹੀਨੇ ਦੀ ਵੀ ਦੇ ਦਿੰਦੇ ਡਾਕਟਰ, ਅਤੇ ਉਦੋਂ ਬਾਅਦ ਮਹੀਨੇ ਦੀ ਮਹੀਨੇ ਦਵਾਈ ਤੁਸੀਂ ਆ ਕੇ ਲੈ ਜਾਣਾ, ਕੁੜੀ ਨੂੰ ਦੌਰਾ ਨਹੀਂ ਪਊਗਾ ਜਮਾਂ ਹੀ। ਠੀਕ ਹੈ ਪੁੱਤ, ਬਸ ਕੰਮ ਕਰਨ ਲੱਗ ਜਾ ਹੁਣ ਤੂੰ। ਦੇ ਲਓ ਭੈਣ ਕਿੰਨਾ ਸੋਹਣਾ ਕੰਮ ਸਿੱਖਿਆ ਹੋਇਆ ਨੇ। ਥਰਾਜ ਤੋਂ ਆਏ ਜੀ? ਥਰਾਜ ਤੋਂ? ਇੱਕ ਪਿੰਡ ਤੋਂ ਆਏ ਜੀ। ਅੱਛਾ ਅੱਛਾ ਅੱਛਾ, ਹਰਿਆਣੇ 'ਚ ਪਿੰਡ ਆ ਥਰਾਜ। ਇੱਕ ਥਰਾਜ ਇੱਧਰ ਵੀ ਆ ਜਿਹੜਾ ਉਹਦਾ ਸਾਡੇ ਭਗਵੰਤ ਮਾਨ ਦਾ ਵੀ ਪਿੰਡ ਆ ਥਰਾਜ। ਨਹੀਂ ਉਹ ਨਹੀਂ, ਆਪਣੇ ਸਰਸੇ ਜ਼ਿਲ੍ਹੇ, ਸਰਸੇ ਜ਼ਿਲ੍ਹੇ 'ਚ। ਹਾਂ ਭੈਣ ਤੂੰ ਦੱਸ ਕੀ ਕਹਿੰਦੀ? ਨੀਂਦ ਨਹੀਂ ਆਉਂਦੀ ਜੀ ਮੈਨੂੰ। ਕਿਉਂ ਨਹੀਂ ਆਉਂਦੀ ਨੀਂਦ? ਟੈਨਸ਼ਨ ਕਾਹਦੀ ਲਈ ਜਾਂਦੀ ਆ ਭਾਈ? ਨਿਗਾਹ ਘੱਟ ਗਈ ਸੀ, ਨਿਗਾਹ ਦੀ ਕਰ ਗਈ ਸੀ। ਅੱਛਾ ਨਿਗਾਹ ਹੁਣ ਠੀਕ ਆ? ਹਾਂ ਨਿਗਾਹ ਹੁਣ ਘੱਟ ਆ ਗਈ ਜੀ, ਹਾਲੇ ਤਾਂ ਹੈਗੀ। ਨਹੀਂ ਦਿਖਾਇਆ ਸੀ ਡਾਕਟਰ ਨੂੰ? ਹਾਂਜੀ। ਕੀ ਕਹਿੰਦੇ? ਉਹਦੇ ਵੀ ਨੇੜੇ ਨੇੜੇ ਵਾਲੀ ਆ। ਨਹੀਂ ਹਾਂ ਨੇੜੇ ਨੇੜੇ ਵਾਲੀ। ਕੀ ਕਹਿੰਦੇ? ਐਨਕ ਲੱਗਣਗੀ? ਹਾਂ ਐਨਕ ਲਾਤੀ ਸੀ। ਐਨਕ ਹੈਗੇ ਤੇਰੇ ਕੋਲ? ਹਾਂਜੀ। ਉਹਦੇ ਨਾਲ ਠੀਕ ਦਿੰਦਾ? ਖਾਦੀਆਂ ਜਿਹੜੀ ਵੀ ਇਹ ਦਵਾਈ ਖਾਂਦੀ ਸੀ ਭੈਣ, ਉਹ ਦਵਾਈ ਲਿਆਂਦੀ ਹੈ ਨਾਲ? ਹਾਂਜੀ ਲਿਆਂਦੀ। ਉਹ ਡਾਕਟਰ ਨੂੰ ਦਿਖਾਉਣੀ ਹੈ ਪਰਚੀ ਹੈ ਕੋਈ? ਹਾਂਜੀ। ਹਾਂ ਉਹ ਦਿਖਾਇਓ ਕੋਈ ਨਾ। ਕੀ ਨਾਮ ਭੈਣ ਦਾ? ਪਰਮਜੀਤ ਹੈ ਜੀ। ਪਰਮਜੀਤ ਕੋਰੇ, ਮੇਰੀ ਸੁਣ ਲੈ ਗੱਲ। ਤੁਹਾਡੇ ਹਰਿਆਣੇ ਵਾਲੇ ਪਾਸੇ ਉੱਧਰ ਬੰਦੇ ਤੁਸੀਂ ਬਹੁਤ ਰੱਬ ਵਰਗੇ ਹੀ ਬੰਦੇ। ਮੈਂ ਗਿਆ ਉੱਥੇ ਸਾਡੇ ਬੜੇ ਗੁੜੇ ਬੀਰੂ ਵਾਲਾ ਪਿੰਡ ਨਾ ਜਿਹੜਾ ਬੀਰੂ ਵਾਲੇ। ਹਾਂ ਨਹੀਂ ਨਹੀਂ ਤੂੰ ਸਾਰੀ ਰੱਬ ਆ, ਰੱਬ ਸਾਰਿਆਂ 'ਚ ਹੀ ਹੈ ਬਾਈ, ਗੱਲ ਦੇਖਣ ਤੇ ਸਮਝਣ ਦੀ ਆ। ਤੇ ਬੀਰੂ ਵਾਲੇ ਪਿੰਡ ਉੱਥੇ ਸਾਡੇ ਸਾਡਾ ਡਾਕਟਰ ਸੀ ਭਰਾ, ਉੱਥੇ ਹੁਣ ਤਾਂ ਪੰਜਾਬ ਆ ਕੇ ਰਹਿਣ ਲੱਗ ਗਿਆ। ਉਹ ਪਹਿਲਾਂ ਉੱਥੇ ਰਹਿੰਦਾ ਹੁੰਦਾ ਸੀ, ਉਹਦੀ ਵਾਈਫ ਟੀਚਰ ਸੀ, ਉੱਥੇ ਪੜ੍ਹਾਉਂਦੀ ਸੀ ਬੀਰੂ ਵਾਲੇ। ਅਸੀਂ ਜਾਂਦੇ ਰਹੇ ਉੱਥੇ ਤੇ ਠੀਕ ਹੋ ਜਾਣਾ। ਬਸ ਸਾਰੀਆਂ ਚੀਜ਼ਾਂ ਡਾਕਟਰ ਨੂੰ ਦੱਸੀ, ਸਾਰੀਆਂ ਅਸੀਂ ਨੋਟ ਕਰਾਂਗੇ, ਲਿਖਾਂਗੇ, ਡਾਕਟਰ ਨੂੰ ਦੱਸਾਂਗੇ। ਬਸ ਬੰਦ ਬੇਨਤੀ ਉਹੀ ਹੈ ਜਿਹੜੀ ਉਹਨਾਂ ਨੂੰ ਕੀਤੀ ਹੈ, ਦਵਾਈ ਬੰਦ ਨਹੀਂ ਕਰਨੀ। ਜਦੋਂ ਲਗਾਤਾਰ ਦਵਾਈ ਖਾਵਾਂਗੇ ਨਾ ਫਿਰ ਫਰਕ ਪੈਂਦਾ। ਠੀਕ ਆ? ਠੀਕ ਆ ਭੈਣੇ, ਜਿਉਂਦੀ ਬਾਤ।